ਬਰਗਾੜੀ ਕਾਂਡ ਦਾ ਮਾਮਲਾ ਇੱਕ ਵਾਰ ਫਿਰ ਭਖਣ ਨੂੰ ਤਿਆਰ ਹੈ। ਲੰਮਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਤੇ ਉਸ ਮੌਕੇ ਬੇਕਸੂਰ ਸਿੰਘਾਂ 'ਤੇ ਗੋਲੀਆਂ ਚਲਾਉਣ ਵਾਲੇ ਅਜੇ ਤੱਕ ਵੀ ਕਾਨੂੰਨ ਦੀ ਪਕੜ ਤੋਂ ਬਾਹਰ ਨੇ। ਇਹਨਾਂ ਘਟਨਾਵਾਂ ਵਿੱਚ ਕੋਈ ਵੀ ਕਾਰਵਾਈ ਨਾ ਕੀਤੇ ਜਾਂਦੇ ਰੋਸ ਵਜੋਂ ਅੱਜ ਕੋਟਪੁਰਾ ਦੇ ਮੁੱਖ ਚੌਂਕ ਵਿੱਚ ਯੂਨਾਈਟਿਡ ਅਕਾਲੀ ਦਲ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਯੂਨਾਈਟਿਡ ਅਕਾਲੀ ਦਲ ਦੇ ਸਕੱਤਰ ਜਨਰਲ ਗੁਰਦੀਪ ਸਿੰਘ ਨੇ ਕਿਹਾ ਕਿ ਅੱਜ ਦਾ ਧਰਨਾ ਇੱਕ ਸੰਕੇਤਕ ਧਰਨਾ ਹੈ ਅਤੇ ਇਸ ਦਾ ਮਕਸਦ ਹੈ ਕਿ ਬਾਈਬਲ ਵਿੱਚ ਗੋਲੀ ਚਲਾਉਣ ਵਾਲੇ ਪੁਲਿਸ ਵਾਲੇ ਗ੍ਰਿਫਤਾਰ ਕੀਤੇ ਜਾਣ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਹਨ ਉਹਨਾਂ ਨੂੰ ਪੂਰਾ ਕਰਨ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਪਹਿਲਾਂ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ ਅਤੇ ਜੋ ਸਰਬੱਤ ਖਾਲਸਾ ਵੱਲੋਂ ਜਥੇਦਾਰ ਥਾਪੇ ਗਏ ਹਨ ਉਹਨਾਂ ਨੂੰ ਨਾਲ ਲੈ ਕੇ ਅਣਮਿੱਥੇ ਸਮੇਂ ਲਈ ਵੀ ਧਰਨਾ ਲਗਾਇਆ ਜਾ ਸਕਦਾ ਹੈ। ਅੱਜ ਦਾ ਜੋ ਸਾਡਾ ਸੰਕੇਤਕ ਧਰਨਾ ਹੈ ਇਹਦਾ ਮਕਸਦ ਹੈ ਜਿਨ੍ਹਾਂ ਨੇ ਬਾਈਬਲ ਵਿੱਚ ਗੋਲੀ ਚਲਾਈ ਅਤੇ ਜਿਨ੍ਹਾਂ ਨੇ ਹੁਕਮ ਦਿੱਤੇ, ਭਾਵੇਂ ਉਹ ਪ੍ਰਕਾਸ਼ ਸਿੰਘ ਬਾਦਲ ਜਾਂ ਸਾਬਕਾ ਡੀ ਜੀ ਪੀ ਸੀ, ਅਤੇ ਗੋਲੀ ਚਲਾਉਣ ਵਾਲੇ ਗ੍ਰਿਫਤਾਰ ਕੀਤੇ ਜਾਣ, ਜਿਨ੍ਹਾਂ ਲੋਕਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕੀਤੀ ਉਹ ਦੋਸ਼ੀ ਫੜੇ ਜਾਣ। ਜੇਲ੍ਹਾਂ ਦੇ ਵਿੱਚ ਜਿਹੜੇ ਸਿੰਘ ਬੈਠੇ ਆ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ, ਜਗਤਾਰ ਸਿੰਘ ਹਵਾਰਾ ਹੈ, ਭਾਈ ਰਾਜੋਆਣ ਹੈ, ਹੋਰ 50 ਦੇ ਲਗਭਗ ਸਿੰਘ ਹੈ, ਜਹਿਦਾਰ ਸੂਰ ਸਿੰਘ ਜੀ ਲੰਬੇ ਸਮੇਂ ਤੋਂ ਹੜਤਾਲ 'ਤੇ ਬੈਠੇ ਆ, ਉਹ ਸਾਰਿਆਂ ਨੂੰ ਉਹਨੂੰ ਹੜਤਾਲ ਤੋਂ ਭੁੱਖ ਹੜਤਾਲ ਤੋਂ ਉਠਾਇਆ ਜਾਵੇ, ਸਾਰੇ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ। ਅਸੀਂ ਇਹ ਗੱਲ ਕਹਿਣੀ ਚਾਹੁੰਦੇ ਕਿ ਸਾਰੀਆਂ ਗੱਲਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਤੋਂ ਬਣ ਤੋਂ ਪਹਿਲਾਂ ਲੋਕਾਂ ਨਾਲ ਵਾਅਦੇ ਕੀਤੇ ਸੀ। ਅੱਜ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਵੀ ਉਹਨਾਂ ਦੀ ਕੀ ਮਜਬੂਰੀ ਹੈ, ਉਹ ਇਹ ਵਾਅਦੇ ਕਿਉਂ ਨਹੀਂ ਪੂਰੇ ਕਰ ਰਹੇ। ਇਸ ਦੌਰਾਨ ਪ੍ਰਦਰਸ਼ਨ ਵਿੱਚ ਪੁੱਜੇ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਕੋਟਕਪੁਰਾ ਦੇ ਇਸ ਚੌਂਕ ਵਿੱਚ ਅੰਗਰੇਜ਼ਾਂ ਨਾਲੋਂ ਵੀ ਵੱਧ ਜ਼ੁਲਮ ਕੀਤਾ ਗਿਆ ਸੀ, ਜਿਸ ਦੇ ਵਿਰੋਧ ਵਿੱਚ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਕੈਪਟਨ ਅਤੇ ਬਾਦਲ ਇੱਕ ਦੂਜੇ ਨੂੰ ਬਚਾ ਰਹੇ ਹਨ। ਦੇਖੋ ਜੀ, ਇਨਸਾਨੀਅਤ ਦੀ ਮੰਗ ਹੈ, ਕਿਸੇ ਇੱਕ ਫਿਰਕੇ ਦੀ ਮੰਗ ਨਹੀਂ, ਵੀ ਜਿਹੜੇ ਵੀ ਲੋਕਾਂ ਨੇ ਪੰਜਾਬ ਦੇ ਭਾਈਚਾਰਕ ਸਾਂਝ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ, ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕੀਤੀ ਗਈ, ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਕੀਤੀ ਗਈ, ਪਵਿੱਤਰ ਗੀਤਾ ਦੀ ਬੇਅਦਬੀ ਕੀਤੀ ਗਈ, ਉਹਨਾਂ ਸਾਰੇ ਦੋਸ਼ੀਆਂ ਨੂੰ ਲੱਭਿਆ ਜਾਵੇ। ਅਤੇ ਅੱਜ ਇੱਥੇ ਕੋਟਕਪੁਰਾ ਚੌਂਕ ਦੇ ਵਿੱਚ ਜਿਹੜਾ ਅੰਗਰੇਜ਼ਾਂ ਨਾਲੋਂ ਵੱਧ ਜਿਹੜਾ ਜ਼ੁਲਮ ਕੀਤਾ ਸੀ ਇੱਥੇ, ਉਹਦੇ ਵਿਰੋਧ ਦੇ ਵਿੱਚ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੇ ਬੇਅਦਬੀ ਕਰਨ ਵਾਲੇ ਲੋਕ ਔਰ ਜਿਹੜੇ ਅਣਪਛਾਤੇ ਪੁਲਿਸ ਵਾਲੇ ਜਿਨ੍ਹਾਂ ਨੇ ਕਤਲ ਕੀਤਾ ਸੀ ਸਾਡੇ ਇੱਥੇ ਸੇਵਾ ਕਰਦੇ ਹੋਏ ਸੇਵਾਦਾਰਾਂ ਨੂੰ, ਉਹਨਾਂ ਨੂੰ ਸਜ਼ਾ ਦਿਵਾਉਣ ਲਈ ਅੱਜ ਇੱਥੇ ਇਕੱਠ ਕੀਤਾ ਗਿਆ ਸੀ। ਬਰਗਾੜੀ ਕਾਂਡ ਨਾਲ ਸੰਬੰਧਿਤ ਜਿਹੜੇ ਕੇਸ ਦਰਜ ਹੋਏ ਨੇ, ਭਾਵੇਂ 302 ਦਾ ਸੀ, ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਵਾਲਾ, ਇਹ ਉਹਦੇ ਰੁਸ ਵਿੱਚ ਇਹਨਾਂ ਨੇ ਧਰਨਾ ਦਿੱਤਾ ਇੱਥੇ, ਅਤੇ ਸਾਨੂੰ ਪਤਾ ਲੱਗਿਆ ਵੀ ਇਹਨਾਂ ਦਾ ਟਾਈਮ 12 ਤੋਂ 3 ਵਜੇ ਤੱਕ ਹੈਗਾ, ਅਤੇ ਫਿਲਹਾਲ ਪੀਸਫੁਲੀ ਆਪਣੀਆਂ ਜੋ ਇਹਨਾਂ ਦੀ ਡਿਮਾਂਡ ਹੈ ਮੁਤਾਬਕ ਧਰਨਾ ਦੇ ਰਹੇ ਨੇ। ਨਹੀਂ, ਜਾਂਚ ਦੇਖੋ, ਜਿਹੜੀ ਕੁਛ ਕਿਸਾਂ ਵਿੱਚ ਜਾਂਚ ਸੀ ਬੀ ਆਈ ਕਰਦੀ ਹੈ ਅਤੇ ਕੁਛ ਕਿਸਾਂ ਵਿੱਚ ਮਾਨਯੋਗ ਕਮਿਸ਼ਨ ਬੈਠੇ ਨੇ ਉਹ ਕਰ ਰਹੇ ਨੇ, ਜੋ ਉਹਦੀ ਹੋਏਗੀ ਪ੍ਰਗਤੀ ਰਿਪੋਰਟ ਉਹ ਦੱਸ ਦਾਂਗੇ ਤੁਹਾਨੂੰ, ਫਿਲਹਾਲ ਅੱਜ ਜਾਂਚ ਜਾਰੀ ਹੈ। ਫਰੀਦਕੋਟ ਤੋਂ ਗੁਰਜੀਤ ਸਿੰਘ ਰੋਮਾਣਾ ਦੇ ਨਾਲ ਬਿਊਰੋ ਰਿਪੋਰਟ, KTV।